ਹਾਂਜੀ ਕੀ ਹਾਲ ਹੈ ਸਾਰਿਆਂ ਦਾ ਜੀ। ਅੱਜ ਹੁਣ ਮੈਂ ਬਲੌਗ ਸਟਾਰਟ ਕਰਨ ਗਿਆ ਅਤੇ ਹੁਣ ਟਾਈਮ 10:15 ਹੋ ਗਏ ਅਤੇ ਹੁਣ ਮੈਂ ਜੀਂਦ ਤੇ ਨਿਕਲਿਆ ਤਾ ਬਾਹਰ ਜਾਣੇ ਪਟਿਆਲੇ ਨੂੰ ਚਲਿਆ ਤਾ। ਜੋ ਦੇਖੋ ਯਾਰ ਬਾਈ ਸੂਈ ਨਾ ਸਿਰੇ ਲੱਗੀ ਯਾਰ, ਮੇਰੇ ਦਿਮਾਗ ਮਾ ਨਹੀਂ ਰਿਹਾ ਤਾ ਪਾਉਣਾ, ਕੱਲ੍ਹ ਬੱਤੀ ਆ ਗਈ ਤੀ। ਜੋ ਦੇਖੋ ਇਹ ਬੜਾ ਸਿਆਪਾ ਛਿੜ ਰਿਹਾ, ਪੂਰਾ ਕੋਈ ਪੈਟਰੋਲ ਪੰਪ ਨਹੀਂ ਮੈਨੂੰ ਮਿਲ ਰਿਹਾ ਹੈਗਾ ਅਤੇ ਉਸਨੇ ਕਰਾਂ ਸਿਰੇ ਲੱਗੀ ਵੀ ਹੈ ਬੱਤੀ, ਸਿਆਪਾ ਛਿੜ ਗਿਆ। ਮੈਨੂੰ ਲੱਗਾ ਪਤਾ ਨਹੀਂ ਕਿੰਨੇ ਕਿਲੋਮੀਟਰ ਚਲੇਗੀ, ਹੁਣ ਮੇਰੇ ਹਿਸਾਬ ਨਾਲ 20-25-30 ਕਿਲੋਮੀਟਰ ਚੱਲ ਪਏਗੀ ਇਹ ਜਿਹੜਾ ਵੀ ਪੈਟਰੋਲ ਪੰਪ ਆ। ਪਹਿਲਾਂ ਪੈਟਰੋਲ ਪੰਪ ਨਹੀਂ ਆਇਆ, ਇੱਕ ਪੈਟਰੋਲ ਪੰਪ ਆਇਆ ਤਾ ਯਾਰ, ਉਹ ਬੰਦ ਤਾ ਪੈਟਰੋਲ ਪੰਪ ਇਹ ਵੀ ਅੱਗੇ ਜਿਹੜਾ ਵੀ ਪੈਟਰੋਲ ਪੰਪ ਆਏ ਉਸ ਪੰਪ ਆਇਆ, ਪਰ ਯਾਰ ਉਹ ਰਿਲਾਇੰਸ ਵਾਲਿਆਂ ਦਾ ਪੈਟਰੋਲ ਪੰਪ ਹੈ, ਰਿਲਾਇੰਸ ਵਾਲਿਆਂ ਦੀ ਬਾਈਕਾਟ ਕਰੀ ਵੀ ਹੈ, ਠੀਕ ਹੈ ਨਾ। ਇਹ ਦੇਖੋ ਰਿਲਾਇੰਸ ਵਾਲਿਆਂ ਦੀ ਬਾਈਕਾਟ ਕਰੀ ਵੀ ਹੈ, ਮੈਂ ਤਾਂ ਨਹੀਂ ਉਹਦੇ ਪਾਉਂਦਾ ਫਿਰ ਤੇਲ, ਕੋਈ ਚੱਕਰ ਨਹੀਂ ਦੇਖੀ ਹੈਗੀ ਅੱਜ। ਅੱਜ ਹਾਂਜੀ ਆਪਾਂ ਨੇ ਟੈਂਕੀ ਕਰਾ ਲਈ ਫੁੱਲ ਜੀ, ਠੀਕ ਹੈ। ਇਹ ਪਿਆ 3250 ਰੁਪਇਆ 40 ਲੀਟਰ ਪਿਆ ਜੀ ਤੇਲ, ਅਤੇ ਉਸਨੇ ਕਰਾਂ 80 ਰੁਪਏ ਮੰਨ ਗਿਆ, ਚਲੋ 80 ਰੁਪਏ ਦਾ ਤੇਲ ਦਾ ਰੇਟ ਅੱਜ ਦਾ। ਬਾਕੀ ਹੁਣ ਮੈਂ ਜੀਰੋ ਕਰਦਾ ਫਿਰ ਦੇਖਦੇ ਹਾਂ ਐਵਰੇਜ ਕੱਢ ਕੇ ਵੀ ਦੇਖੇ ਹੁਣ, ਠੀਕ ਹੈ। ਟੈਂਕੀ ਆਪਣੀ ਹੋ ਗਈ ਫੁੱਲ ਅਤੇ ਇਹ ਲਓ ਜੀ ਜੀਰੋ ਕਰਦਾ ਮੈਂ, ਠੀਕ ਹੈ। ਬਾਕੀ ਦੇਖਦੇ ਹਾਂ ਹੁਣ ਬਾਅਦ ਮੈਂ ਫਿਰ ਭਰਵਾ ਕੇ ਦੇਖੇ ਟੈਂਕੀ, ਠੀਕ ਹੈ। ਓਕੇ ਬਾਕੀ ਅੱਗੇ ਚੱਲਦੇ ਹਾਂ ਕਿਆ ਬਣਦਾ, ਠੀਕ ਹੈ ਜੀ। ਜਿਹੜੇ ਹੋਟਲ ਹਾਟਲ ਹੈ ਇਹਨਾਂ ਸਾਰਿਆਂ ਨੂੰ ਮਾਤ ਪਾਵਾ, ਇੰਨਾ ਵਧੀਆ ਲੰਗਰ ਮਿਲਦਾ ਹੋ ਰਿਹਾ। ਮੈਂ ਹਰੇਕ ਪਰਿਵਾਰ ਖਾ ਕੇ ਜਾਂਦਾ ਲੰਗਰ, ਪਰ ਹਰੇਕ ਚੀਜ਼ ਜੋ ਤੁਸੀਂ ਉਹ ਮੰਨੋ ਵੀ ਕਿਹੜੀ ਚੀਜ਼ ਨਹੀਂ ਹੈਗੀ ਹੋ ਰਿਹਾ, ਏ ਟੂ ਜੈਡ ਸਾਰੀ ਚੀਜ਼ਾਂ ਅਵੇਲੇਬਲ ਹੈ, ਠੀਕ ਹੈ। ਜੋ ਹੈਗਾ ਜੋ ਜਿਸ ਤਰ੍ਹਾਂ ਹੁਣ ਜਿਹੜੇ ਦਿੱਲੀ ਜਾ ਰਹੇ ਹਾਂ ਉਹਨਾਂ ਵਾਸਤੇ ਲੰਗਰ ਉਹ, ਪਰ ਐਵਰੀਥਿੰਗ ਜਿਹੜਾ ਮਰਜ਼ੀ ਬੰਦਾ ਖਾ ਸਕਦਾ ਲੰਗਰ, ਕੋਈ ਉਹ ਨਹੀਂ ਹੈਗਾ ਵੀ ਇਕੱਲੇ ਉਹਨਾਂ ਵਾਸਤੇ ਹੀ ਹੈ, ਵੀ ਜਿਹੜੇ ਫਾਰਮਰ ਹੈ, ਠੀਕ ਹੈ ਨਾ। ਜੋ ਗੁਰੂ ਦਾ ਲੰਗਰ ਹੈ ਅਤੇ ਉਹ ਸਾਰਿਆਂ ਵਾਸਤੇ ਚੱਲਦਾ ਆਇਓ, ਠੀਕ ਹੈ। ਇਕੱਲੇ ਅੱਧੇ ਕਹਿੰਦੇ ਵੀ ਹਾਂ ਇਹਨਾਂ ਦਾ ਫਾਰਮਰਾਂ ਦਾ ਲੰਗਰ ਹੈ, ਇਹੋ ਜਿਹਾ ਕੋਈ ਚੱਕਰ ਨਹੀਂ, ਕਿਸਾਨਾਂ ਦਾ ਲੰਗਰ ਨਹੀਂ, ਉਹ ਸਾਰਿਆਂ ਵਾਸਤੇ ਲੰਗਰ ਚੱਲਦਾ ਆਇਓ। ਇਹ ਦੇਖੋ ਜੀ ਉਰੇ ਸਾਰਾ ਕੁਛ ਅਵੇਲੇਬਲ ਹੈ, ਦੇਖ ਲਓ ਉਰੇ ਉਹ ਚੜ ਰਹੀ ਹੈ ਬ੍ਰੈਡ, ਬਾਕੀ ਦੇਖ ਸਕਦੇ ਹਾਂ ਪੂਰਾ ਸਾਫ ਸੁਥਰਾ। ਹੋਟਲ ਕੇ ਵਿੱਚ ਹੋਟਲ ਤੇ ਵੀ ਜ਼ਿਆਦਾ ਵਧੀਆ, ਇਹ ਦੇਖੋ ਰੰਗ ਬਿਰੰਗੇ ਚੌਲ ਕਿੱਥੇ ਮਿਲਣਗੇ, ਇਹ ਦੇਖੋ ਇਹ ਦੇਖੋ ਇਹ ਜਿਹੜਾ ਦਿੱਲੀ ਚੱਲਿਆ ਉਹਨੂੰ ਮਿਲਣਗੇ ਜੀ। ਹਾਂ ਇਹ ਦੇਖੋ ਜੋ ਗੁੜ ਹੈ ਦੇਖ ਲਓ, ਇੰਨਾ ਵਧੀਆ ਗੁੜ ਕਿੱਥੇ ਮਿਲਣਾ, ਜੋ 5 ਸਟਾਰ ਤੇ ਵੀ ਬਹੁਤ ਵਧੀਆ। ਬਾਕੀ ਉਹ ਦੇਖੋ ਜੋ ਅਚਾਰ ਆ ਗਏ, 3 ਤਰ੍ਹਾਂ ਦਾ ਅਚਾਰ ਹੈ, ਠੀਕ ਹੈ। ਬਾਕੀ ਲੱਸੀ ਚੱਲ ਰਹੀ ਹੈ, ਜੋ ਬਾਕੀ ਉਰੇ ਦੇਖੋ ਬੈਠੇ ਖਾ ਰਹੇ ਹੈ ਬੈਠਣੇ ਕੀ, ਇਹ ਦੇਖੋ ਜੀ ਇਹ ਦੇਖੋ ਜੀ ਉਹ ਜਿਹੜੇ ਦਿੱਲੀ ਨੂੰ ਚੱਲੇ ਆ ਉਹਨਾਂ ਵਾਸਤੇ, ਬਾਕੀ ਸਾਰਿਆਂ ਵਾਸਤੇ ਲੰਗਰ ਹੈ ਜੀ ਉਹ, ਵੀ ਇਕੱਲੇ ਉਹਨਾਂ ਵਾਸਤੇ ਕਿਸਾਨਾਂ ਵਾਸਤੇ ਨਹੀਂ ਹੈਗਾ, ਠੀਕ ਹੈ ਜੀ। ਬਾਕੀ ਲੱਸੀ ਲੂਸੀ ਸਾਰਾ ਦੇਖੋ ਜੀ, ਪਨੀਰ ਪਨੀਰ ਚੱਲ ਰਿਹਾ, ਪਨੀਰ ਵਿੱਚ ਪਨੀਰ ਇੰਨਾ ਮਹਿੰਗਾ, ਠੀਕ ਹੈ। ਦੇਖੋ ਜੀ ਉਹ ਹੈ ਇੰਨੇ ਦਾ ਨਹੀਂ ਹੈ ਜੀ, ਲੋਕ ਦੇਖ ਲਓ ਤੁਸੀਂ, ਠੀਕ ਹੈ ਜੀ। ਦੇਖ ਲਓ ਜੀ ਇਹ ਪਾਤੜਾ ਹੈਗਾ ਕਾਰ ਬਾਜ਼ਾਰ ਹੈ, ਉਰਾ ਪਾਤੜਾ ਜਿਹੜਾ ਕਾਰ ਬਾਜ਼ਾਰ ਹੈ, ਠੀਕ ਹੈ ਜੀ। ਉਹ ਹੈ ਉਰਾ ਦੇਖਾਂ ਮੈਂ ਉਰੇ ਜੇ ਕੋਈ ਗੱਡੀ ਗੁੱਡੀ ਉਹ ਹੋਈ, ਇੱਕ ਦੋ ਗੱਡੀ ਪੁੱਛਣਾ ਜੇ ਗੱਡੀ ਮਿਲਦੀ ਹੋਈ ਕੋਈ, ਠੀਕ ਹੈ ਜੀ। ਓਕੇ ਅਜੇ ਦੇਖੋ ਗੱਡੀਆਂ ਕਹਿੰਦੀਆਂ ਜੀ, ਕਹਿੰਦੀਆਂ ਗੱਡੀਆਂ ਸਾਰੇ ਪਾਸੇ ਗੱਡੀ ਉਹ ਗੱਡੀ ਉਰੇ ਨੂੰ ਲਾ ਲਿਆ ਆਪਾਂ ਆਪਣੀ ਗੱਡੀ, ਫਿਰ ਮੈਂ ਦੇਖਦਾ ਗੱਡੀ ਗੁੱਡੀ ਕੋਈ ਪੂਰਾ ਵਾ। ਮੈਂ ਪਾਤੜਾਂ ਵਾ ਵਾ ਦੇਖੋ ਉਰੇ ਕਿੰਨੀ ਗੱਡੀਆਂ ਹੀ ਗੱਡੀਆਂ ਸਾਰੇ ਪਾਸੇ ਗੱਡੀਆਂ ਗੱਡੀਆਂ ਹੋਈ ਵੀਆਂ ਬਈ। ਬਾਕੀ ਹੁਣ ਮੈਂ ਵੀ ਦੇਖਣੀਆਂ ਕੋਈ ਜੇ ਮੈਨੂੰ ਦਿਖੀ ਕੋਈ ਡਿਜ਼ਾਇਰ ਵਗੈਰਾ ਚੈੱਕ ਕਰਾਂ, ਜਿਹਨੇ ਮੈਂ ਕੋਈ ਡਿਜ਼ਾਇਰ ਵਗੈਰਾ ਹੋਈ, ਠੀਕ ਹੈ। ਸਾਰੇ ਪਾਸੇ ਗੱਡੀਆਂ ਗੱਡੀਆਂ ਹੋਈ ਵੀਆਂ ਬਈ। ਉਸਨੇ ਕਹਿਣਾ ਬਹੁਤ ਜ਼ਿਆਦਾ ਗੱਡੀਆਂ
सारे पास गड्डियों गड्डी है। रेट रूट भी यार सही है इन्होंने, बाकी और बाकी यार भाई देखो जिन्हें लेनी है वह तो ले जा, बाकी माड़ा मोटा देख के ले लो गड्डी, ठीक नहीं देख के लेनी पवा बस गड्डी, होर तो कुछ हो नहीं, ठीक है ना। बंदे वधिया लियाओ जिहड़ा देख दुख है वह करता है वधिया, बाकी इंजन उंजन ठीक होने चाहिए, बॉडी लैन तो जो माड़ी मोटी रंग रुंग भी होई ना तो भी कोई चक्कर नहीं। समोसे ले लिया अपने, ये आ गए समोसे अपने वा, हूँ मैं घरों चलदा, नेरा हो गया 7:30 के नेड़े तो टाइम हो गया, हूँ मैं मुड़ गया पिंड के अंदर न, ठीक है। ये देखो पहला स्वागत करिए थोड़े स्पीड ब्रेकर, स्वागत एन ए स्पीड ब्रेकर, चार चार पाँच पाँच स्पीड ब्रेकर आ रहे, एक होर आ गया स्पीड ब्रेकर, एक होर आ गया पहला 5 बजे का स्पीड ब्रेकर है साढ़े पिंड में, बाकी हूँ अगे देखो आ साडा सामने गुरुद्वारा साहब है, हूँ मैं मुड़ गया इधर खब्बे हाथ न, ठीक है। पहुंच गया बस हूँ अपने घर के पहुंच गए असी, लो जी हाँ देखो बंदे बैठे सामने गल्लां बातां मार रहे हैं, लो जी आ गया साडा घर फाइनली आया मैं हूँ।